ਵਿਧਾਨਸਭਾ ਚੋਣਾਂ 2022 ਦੇ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ ਜਿਸ ਦੇ ਚੱਲਦਿਆਂ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ ਪਰ ਚੋਣ ਜ਼ਾਬਤਾ ਲੱਗਦਿਆਂ ਕੁਝ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਚੋਣ ਜ਼ਾਬਤੇ ਦੀਆਂ ਤਰਜੀਆਂ ਉੱਡਦੀਆਂ ਵਿਖਾਈ ਦਿੱਤੀਆਂ ਤੇ ਕਾਂਗਰਸੀ ਵਿਧਾਇਕ ਨਾਗਰਾ ਦੀ ਪਤਨੀ ਤੇ ਪੰਚਾਇਤਾਂ ਨੂੰ ਗ੍ਰਾਂਟਾਂ ਜਾਰੀ ਕਰਨ ਦੇ ਇਲਜ਼ਾਮ ਵੀ ਲੱਗੇ ਨੇ। DTPO ਦਫ਼ਤਰ ਦੇ ਅੰਦਰ ਇਸ ਨੂੰ ਲੈ ਕੇ ਜੰਮ ਕੇ ਹੰਗਾਮਾ ਹੋਇਆ। ਦੱਸ ਦਈਏ ਕਿ ਕਾਂਗਰਸੀ ਵਿਧਾਇਕ ਦੀ ਪਤਨੀ ਤੇ ਗ੍ਰਾਂਟਾਂ ਜਾਰੀ ਕਰਨ ਦੇ ਇਲਜ਼ਾਮ ਲੱਗੇ ਨੇ। DTPO ਦਫ਼ਤਰ ਅੰਦਰ ਜੰਮ ਕੇ ਹੰਗਾਮਾ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਲੈ ਕੇ ਸਵਾਲ ਚੁੱਕੇ ਨੇ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸਵਾਲਾਂ ਤੋਂ ਬੁਖਲਾਏ ਵਿਧਾਇਕ ਨਾਗਰਾ ਨੇ ਪੱਤਰਕਾਰ ਦਾ ਮੋਬਾਈਲ ਫੋਨ ਵੀ ਮੌਕੇ ਤੇ ਖੋਹ ਲਿਆ। ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ। ਚੋਣ ਜ਼ਾਬਤੇ ਦੌਰਾਨ ਕਾਂਗਰਸੀ ਵਿਧਾਇਕ ਦੀ ਪਤਨੀ ਨੇ ਪੰਚਾਇਤਾਂ ਨੂੰ ਗ੍ਰਾਂਟਾਂ ਜਾਰੀ ਕਰਨ ਦੇ ਇਲਜ਼ਾਮ ਲੱਗੇ ਨੇ। DTPO ਦਫ਼ਤਰ ਦੇ ਅੰਦਰ ਇਸ ਨੂੰ ਲੈ ਕੇ ਜੰਮ ਕੇ ਹੰਗਾਮਾ ਹੋਇਆ। ਫਤਿਹਗੜ੍ਹ ਸਾਹਿਬ ਦਾ DTPO ਹੈ, ਉਹਦੇ ਦਫ਼ਤਰ ਦੇ ਵਿੱਚ ਮਿਸਿਸ ਨਾਗਰਾ ਜਿਹੜੇ ਲੋਕਲ MLA ਕਾਂਗਰਸ ਦੇ ਹੈ, ਸਿਟਿੰਗ MLA ਪੁਰਾਣੇ, ਉਹਨਾਂ ਦੀ ਵਾਈਫ ਬੈਠ ਕੇ ਪਿੰਡਾਂ ਦੀਆਂ ਜਿਹੜੀਆਂ ਗ੍ਰਾਂਟਾਂ ਨੇ ਉਹ ਡਿਸਟ੍ਰੀਬਿਊਟ ਕਰਦੀ ਹੈ। ਮੌਕੇ 'ਤੇ ਜਦੋਂ ਅਸੀਂ ਗਏ DTPO ਕੋਲ ਕਿਸੇ ਕੰਮ ਲਈ, ਇੱਕਦਮ ਦਫ਼ਤਰ ਦੇ ਵਿੱਚ ਘਬਰਾਹਟ ਹੈ ਜਿਹੜੀ ਉਹ ਪੈਦਾ ਹੋ ਗਈ ਔਰ ਰਫੜਾ ਦਫੜੀ ਪੈ ਗਈ ਔਰ ਉਹਨਾਂ ਨੇ ਜਿਹੜੇ ਇਲਜ਼ਾਮ ਨੇ ਉਲਟਾ ਉਹਨਾਂ 'ਤੇ ਲੱਗ ਰਹੇ ਸੀ। ਉਹ ਸਾਨੂੰ ਕਹਿਣ ਲੱਗ ਗਏ ਵੀ ਤੁਸੀਂ ਮੇਰੇ ਦਫ਼ਤਰ 'ਚ ਆ ਕੇ, ਮੈਡਮ ਨਾਗਰਾ ਨਾ ਉਹ MLA ਹੈ ਨਾ ਕੋਈ ਅਫਸਰ ਹੈ, ਉਹ ਬੈਠ ਕੇ ਉੱਥੇ ਗ੍ਰਾਂਟਾਂ ਜਿਹੜੀਆਂ ਉਹਦੀ ਲਿਸਟ ਤਿਆਰ ਕਰ ਰਹੀ ਸੀ DTPO ਕੋਲ। ਮੈਂ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕਰਦਾ, ਕੰਪਲੇਂਟ ਕਰਦਾ ਵੀ ਜਿਹੜਾ DTPO ਫਤਿਹਗੜ੍ਹ ਸਾਹਿਬ ਹੈ ਉਹਨੇ ਵਾਇਲੇਸ਼ਨ ਕੀਤੀ ਹੈ ਕੋਡ ਆਫ ਕੰਡਕਟ ਦੀ, ਇਮੀਡੀਏਟਲੀ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ। ਕੋਰੋਨਾ ਨੇ ਪੰਜਾਬ ਦੇ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ ਹੈ ਜਿਸ ਕਾਰਨ ਕੋਰੋਨਾ ਦੇ ਲਗਾਤਾਰ ਵੱਧ ਰਹੀ ਗਿਣਤੀ ਦੇ ਵਿੱਚ ਮਾਮਲੇ ਵੱਧਦੇ ਜਾ ਰਹੇ ਨੇ। ਪਿਛਲੇ 24 ਘੰਟਿਆਂ ਦੇ ਦੌਰਾਨ ਸੂਬੇ ਦੇ ਵਿੱਚ 3,640 ਕੋਰੋਨਾ ਮਾਮਲੇ ਸਾਹਮਣੇ ਆਏ ਨੇ। ਇਸ ਦੇ ਨਾਲ ਹੀ ਇਸ ਖਤਰਨਾਕ ਵਾਇਰਸ ਕਾਰਨ 2 ਵਿਅਕਤੀਆਂ ਦੀ ਜਾਨ ਗਈ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਪਿਛਲੇ 24 ਘੰਟਿਆਂ ਦੇ ਵਿੱਚ ਪਟਿਆਲਾ ਦੇ ਵਿੱਚ 840, ਲੁਧਿਆਣਾ ਦੇ ਵਿੱਚ 561, ਜਲੰਧਰ ਦੇ ਵਿੱਚ 342, SAS ਨਗਰ ਦੇ ਵਿੱਚ 560, ਪਠਾਨਕੋਟ ਦੇ ਵਿੱਚ 204, ਅੰਮ੍ਰਿਤਸਰ ਦੇ ਵਿੱਚ 340, ਫਤਿਹਗੜ੍ਹ ਸਾਹਿਬ ਦੇ ਵਿੱਚ 133, ਗੁਰਦਾਸਪੁਰ ਦੇ ਵਿੱਚ 85, ਹੁਸ਼ਿਆਰਪੁਰ ਦੇ ਵਿੱਚ 119, ਬਠਿੰਡਾ ਦੇ ਵਿੱਚ 119, ਰੋਪੜ ਦੇ ਵਿੱਚ 43, ਤਰਨ ਤਾਰਨ ਦੇ ਵਿੱਚ 43, ਫਿਰੋਜ਼ਪੁਰ ਦੇ ਵਿੱਚ 60, ਸੰਗਰੂਰ ਦੇ ਵਿੱਚ 15, ਮੋਗਾ ਦੇ ਵਿੱਚ 21, ਕਪੂਰਥਲਾ ਦੇ ਵਿੱਚ 52, ਬਰਨਾਲਾ ਦੇ ਵਿੱਚ 15, ਫਾਜ਼ਿਲਕਾ ਦੇ ਵਿੱਚ 27, ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 19, ਫਰੀਦਕੋਟ 16, ਮਾਨਸਾ 1, ਮੁਕਤਸਰ ਦੇ ਵਿੱਚ 8 ਲੋਕਾਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਦੱਸ ਦਈਏ ਕਿ ਹੁਣ ਤੱਕ ਪੰਜਾਬ ਦੇ ਵਿੱਚ ਕੋਰੋਨਾ ਦੇ 6,17,536 ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ 16,665 ਲੋਕਾਂ ਦੀ ਮੌਤ ਹੋ ਚੁੱਕੀ ਹੈ। Are you worried about your child future? Then here is a golden chance to join Doon Senior Secondary Public School for bright future of your child. Best education is provided here with reasonable fee structure, finest environment, well-managed labs of physics, chemistry and biology, special quota classes for plus one and plus two students. Admission open from now for nursery to 9th and plus one in commerce, arts and medical stream. Join Doon Senior Secondary Public School, Karyadwala, District Bathinda. Contact on 94179-40107 and 998847-2857. ਉੱਧਰ 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਰੰਧਾਵਾ ਨੇ ਕਿਹਾ ਹੈ ਕਿ ਸੂਬੇ ਦੀ ਜਨਤਾ ਕਾਂਗਰਸ ਨੂੰ ਇੱਕ ਹੋਰ ਮੌਕਾ ਦੇਵੇਗੀ। ਆਮ ਆਦਮੀ ਪਾਰਟੀ ਤੇ ਤੰਜ ਕੱਸਦਿਆਂ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫਿਰ ਤੋਂ ਹਾਰ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਜਨਤਾ ਨੂੰ ਪਤਾ ਹੈ ਕਿ ਆਪ ਤੇ ਭਰੋਸਾ ਕਰਨਾ ਘਾਤਕ ਸਿੱਧ ਹੋਏਗਾ। ਉਹਨਾਂ ਕਿਹਾ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਕੀ ਕਾਰਗੁਜ਼ਾਰੀ ਨੂੰ ਦਿੱਲੀ ਦੀ ਜਨਤਾ ਪਹਿਲਾਂ ਹੀ ਵੇਖ ਰਹੀ ਹੈ। ਦਿੱਲੀ ਦੇ ਵਿੱਚ ਤਾਂ ਕੇਜਰੀਵਾਲ ਸਰਕਾਰ ਹਾਲਾਤ ਸੰਭਾਲ ਨਹੀਂ ਸਕੀ ਸੀ, ਫਿਰ ਉਹ ਪੰਜਾਬ ਨੂੰ ਉੱਨਤੀ ਅਤੇ ਤਰੱਕੀ ਦੇ ਰਾਸਤੇ ਤੇ ਕਿਵੇਂ ਅੱਗੇ ਲਿਜਾ ਸਕੇਗੀ। ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਵਿੱਚ 14 ਫਰਵਰੀ ਨੂੰ ਚੋਣਾਂ ਹੋਣਗੀਆਂ ਤੇ 10 ਮਾਰਚ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। 5 ਸੂਬਿਆਂ ਦੇ ਵਿੱਚ 7 ਪੜਾਅ ਵਿੱਚ ਚੋਣਾਂ ਹੋਣਗੀਆਂ। ਪੰਜਾਬ ਦੇ ਵਿੱਚ ਦੂਜੇ ਗੇੜ ਦੇ ਵਿੱਚ ਚੋਣਾਂ ਪੈਣਗੀਆਂ। ਪੰਜਾਬ ਦੇ ਵਿੱਚ ਦੂਜੇ ਗੇੜ ਦੇ ਵਿੱਚ ਚੋਣਾਂ ਦੇ ਲਈ 21 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਹੋਏਗਾ। 28 ਜਨਵਰੀ ਤੱਕ ਨਾਮਜ਼ਦਗੀ ਦਾਖਲ ਕੀਤੀ ਜਾ ਸਕੇਗੀ। ਜਾਂਚ 29 ਜਨਵਰੀ ਨੂੰ ਅਤੇ 31 ਜਨਵਰੀ ਤੱਕ ਨਾਮਜ਼ਦਗੀ ਵਾਪਸ ਲਈ ਜਾ ਸਕੇਗੀ। ਚੋਣ ਕਮਿਸ਼ਨ ਦੇ ਐਲਾਨ ਦੇ ਨਾਲ ਹੀ ਪੰਜਾਬ ਦੇ ਵਿੱਚ ਚੋਣ ਜਾਬਤਾ ਲੱਗ ਗਿਆ ਹੈ। ਵੋਟਾਂ 14 ਫਰਵਰੀ ਨੂੰ ਪੈਣਗੀਆਂ ਤੇ 10 ਮਾਰਚ ਨੂੰ ਨਤੀਜੇ ਆਉਣਗੇ। ਉੱਤਰ ਪ੍ਰਦੇਸ਼ ਸੈਕਿੰਡ ਫੇਸ, ਪੰਜਾਬ ਇਨ ਵਨ ਫੇਸ, ਉੱਤਰਾਖੰਡ ਇਨ ਵਨ ਫੇਸ, ਗੋਆ ਇਨ ਵਨ ਫੇਸ। ਸੋ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ ਇਨ ਗੋਆ ਇਨ ਸੈਕਿੰਡ ਫੇਸ, ਪੰਜਾਬ, ਉੱਤਰਾਖੰਡ, ਗੋਆ ਵਿਲ ਬੀ ਓਵਰ ਐਂਡ ਹੇਅਰ ਦ ਇਸ਼ੂ ਆਫ ਨੋਟੀਫਿਕੇਸ਼ਨ ਵਿਲ ਬੀ 21 ਜਨਵਰੀ। Last date of nominations 28th January, scrutiny of nominations 29th January and last date of withdrawal of candidature 31st January and date of poll 14th February, that is Monday. So on 7th March all polling will be over and the date of counting is 10th March 2022, that is Thursday. For your child's bright future and to enhance your child's knowledge, take them to Bhartiya Model Senior Secondary School, CBSE affiliated. Admissions are open from nursery to 12th with medical, arts and commerce stream with affordable fee. Available facilities are fully air-conditioned classrooms, well-educated and cooperative staff, healthy environment for your child's better upbringing, faculty of kindergarten, physics, chemistry and mathematics lab, extracurricular activities like yoga classes, meditation sessions, athletic meet. Admission open, limited seats. Do hurry. For the further inquiry, contact on 01651220279 and 01651221279. ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਉਹਨਾਂ ਦੀ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ। ਇਹ ਕਹਿਣਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ। ਕੇਜਰੀਵਾਲ ਨੇ 5 ਸੂਬਿਆਂ ਦੀਆਂ ਚੋਣਾਵੀ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਟਵੀਟ ਕਰਕੇ ਕਿਹਾ, ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ, ਆਮ ਆਦਮੀ ਪਾਰਟੀ ਤਿਆਰ ਹੈ। ਦੱਸਿਓਗੇ ਕਿ ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ। ਸਾਰੇ ਸੂਬਿਆਂ ਦੇ ਵਿੱਚ ਚੋਣ ਪ੍ਰੋਗਰਾਮ ਕੁੱਲ 7 ਗੇੜਾਂ ਦੇ ਵਿੱਚ ਪੂਰਾ ਹੋਏਗਾ। ਉੱਤਰ ਪ੍ਰਦੇਸ਼ ਦੇ ਵਿੱਚ 7 ਗੇੜਾਂ ਦੇ ਵਿੱਚ, ਮਣੀਪੁਰ ਦੇ ਵਿੱਚ 2 ਗੇੜਾਂ ਅਤੇ ਉੱਤਰਾਖੰਡ, ਪੰਜਾਬ ਅਤੇ ਗੋਆ ਦੇ ਵਿੱਚ ਸਿਰਫ ਗੇਟ 'ਚ ਵੋਟਾਂ ਪਾਈਆਂ ਜਾਣਗੀਆਂ। ਚੋਣਾਂ ਦੌਰਾਨ ਕੋਰੋਨਾ ਗਾਈਡਲਾਈਨ ਸਖਤੀ ਦੇ ਨਾਲ ਲਾਗੂ ਕੀਤਾ ਜਾਏਗਾ। ਕੋਰੋਨਾ ਦੇ ਖਤਰੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਰੈਲੀਆਂ ਤੇ ਰੋਕ ਲਗਾਈ ਗਈ ਹੈ। ਚੋਣ ਕਮਿਸ਼ਨ ਦੇ ਵੱਲੋਂ ਫਿਲਹਾਲ ਇਹ ਰੋਕ 15 ਜਨਵਰੀ ਤੱਕ ਲਗਾਈ ਗਈ ਹੈ, ਪਰ ਇਸ ਤਰ੍ਹਾਂ ਦੇਸ਼ ਦੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ, ਉਸ ਅਨੁਸਾਰ ਅੱਗੇ ਕੁਝ ਰਾਹਤ ਮਿਲ ਸਕੇਗੀ। ਇਸ ਦੇ ਅਸਾਰ ਵੀ ਘੱਟ ਹੀ ਨਜ਼ਰ ਆਉਂਦੇ ਨੇ। ਫਿਲਹਾਲ ਦੱਸ ਦਈਏ ਕਿ ਪੰਜਾਬ ਦੇ ਵਿੱਚ ਵੋਟਾਂ 14 ਫਰਵਰੀ ਨੂੰ ਪੈਣ ਜਾ ਰਹੀਆਂ ਨੇ ਤੇ 10 ਮਾਰਚ ਨੂੰ ਨਤੀਜੇ ਆਉਣਗੇ। ਉਧਰ ਗੱਲ ਕਰਦੇ ਹਾਂ ਪੰਜਾਬ ਦੇ ਨਵੇਂ ਬਣੇ DGP ਦੀ। ਪੰਜਾਬ ਨੂੰ ਇੱਕ ਵਾਰ ਫਿਰ ਨਵਾਂ DGP ਮਿਲਿਆ ਹੈ। VK ਭਵਰਾ ਨੂੰ ਸੂਬੇ ਦਾ ਨਵਾਂ DGP ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਚੋਣ ਜਾਬਤਾ ਲੱਗਣ ਤੋਂ ਐਂਡ ਪਹਿਲਾਂ ਹੀ ਪੰਜਾਬ ਦਾ DGP ਬਦਲਿਆ ਗਿਆ ਹੈ। UPSC ਪੈਨਲ ਨੇ 3 ਨਾਂ ਸੁਝਾਏ ਸਨ, 3 ਨਾਂ ਜਿਨ੍ਹਾਂ ਦੇ ਵਿੱਚੋਂ VK ਭਵਰਾ ਨੂੰ ਸੂਬੇ ਦਾ ਨਵਾਂ DGP ਨਿਯੁਕਤ ਕੀਤਾ ਗਿਆ ਹੈ। ਸਿਧਾਰਥ ਚਟੋਪਾਧਿਆ ਦੀ ਥਾਂ ਲੈਣਗੇ ਪੰਜਾਬ ਦੇ ਨਵੇਂ ਨਿਯੁਕਤ DGP VK ਭਵਰਾ। Finding for a school to enroll in? Do you want to enhance your skills and abilities? Don't worry. Lala Kasturi Lal Sarvatkari Senior Secondary Vidya Mandir, affiliated to CBSE, offers you complete facilities of computer lab, high quality education, friendly environment with affordable fee structure and faculty of Shishu Vatika for kids. Admission open from now for LKG to 9 and plus 1 in all streams. What are you waiting for? Build your child future at Lala Kasturi Lal Sarvatkari Senior Secondary Vidya Mandir, Mehraj Road, Rampura Phool, District Bathinda. Contact on 01651505076 and 505077.
पंजाब दे कैबिनेट मंत्री अते विधानसभा हलका कपूरथला दे विधायक राणा गुरजीत सिंह दी कोरोना रिपोर्ट पॉजिटिव आई है। राणा गुरजीत सिंह ने खुद नूं अपने गृह विखे ही एकांतवास कर लिया है। उन्हां दे दफ्तर दे नाल संबंधित 10 व्यक्तियां दे नमूने भी जांच दे लई भेज दिते गए ने, जिन्हां दी रिपोर्ट आउणी अजे बाकी है। फिलहाल राणा गुरजीत सिंह ने पिछले दिनां दे विच अपने संपर्क विच आए लोकां नूं अपील कीती है कि ओह भी अपनी एहतियात दे वजों अपने कोरोना टैस्ट करवा लैण। उत्तरी भारत के ज्यादातर हिस्सों के पिछले 24 घंटों तो हो रही भारी बारिश का कारण पारा एकदम हेठां डिग गया है, जिसके बाद मौसम के भारी बदलाव आया है। भारतीय मौसम विभाग ने चेतावनी दी है कि अगले 48 घंटों तक मौसम की स्थिति इसी तरह रहेगी। विभाग के मुताबिक अगले 48 घंटों तक देश के पछमी हिमालयन राज्यों और उत्तर पूर्वी राज्यों के ज्यादातर इलाकों में भारी बारिश होने की संभावना है। राष्ट्रीय राजधानी के पिछले 24 घंटों तो हो रही भारी बारिश के कारण तापमान दे विच 4 तो 6 डिग्री की गिरावट दर्ज की गई है।